हाय, ये मेरा पहला व्लॉग है और आज मैं काफ़ी देर से उठा हूँ। मोबाइल किधर है, देखते हैं टाइम क्या हुआ है। अब मोबाइल पे टाइम इस टाइम हो गया 10:10, उठना पड़ता है क्योंकि बहुत लेट हो गई है। तो मेरी जूती पे ध्यान दीजिए, जूती मेरी भावें टूटी हुई या सैन वाली या वाशरूम जाने वाली जूती है, इस पे ज़्यादा देने नहीं। मेरे पास 3-4 जूतियाँ हैं, चले बाहर चलते हैं। बिस्मिल्लाहिर्रहमानिर्रहीम, दरवाज़ा खोला और बाहर का मौसम, धूप धूप तो इंतहा किया, सूरज भी पूरा गर्म हुआ बड़ा है भाई साहब। चलते हैं देखते हैं फसलों की तरफ, क्या नज़ारा है क्या नहीं। तो फसलों की तरफ नज़ारा तो ठीक ठाक ही है, हवा भी ठीक ठाक चल रही है, अच्छी बड़ी चंगी हवा चल रही है। चले नीचे चलते हैं और देखते हैं क्या सीन है क्या नहीं। सबसे पहले नीचे जाके तो मैंने काम करना है, इधर उधर तकना है जाके। तकने से ये मुराद है कि कहीं अब्बा तो नहीं जाग रहा, अब्बा तो नहीं फिर रहा। अगर अब्बा हुआ तो उसने बेइज्जती मेरी पक्की कर देनी है भाई साहब। हम नीचे होते हैं, इधर उधर देखा है, लेकिन अब्बा कोई नहीं था, हम बच गए बेइज्जती से। तो जनाब, उठने के बाद जो पहला काम मेरा होता है, मैं बाहर जाता हूँ अपने जानवरों को देखने के लिए। तो चलते हैं बाहर, आपको भी दिखाते हैं बाहर का क्या सीन है और क्या नहीं। जब बाहर निकला तो देखा कि नौकरों ने तो आई थिंक जानवर अंदर बांध दिए हैं। चलो बांध दिए हैं तो उनके पट्टे डट्टे का, चारे का देखते हैं निज़ाम क्या है और क्या नहीं। मैं आता हूँ खुरली की तरफ और देखता हूँ खुरली को कि एक ही चीज़ आ, अच्छा पट्टे कोई नहीं जे पाए, चलो कोई नहीं। खैर है, खैर अगे चलने हैं। अगे साढ़े बकरे होने ने, एक दा नाम है रिंकी ते दूए दा नाम है मिंकी। ए रिंकी है जी, ਇਹ ਸਾਡੇ ਕੁਰਬਾਨੀ ਦੇ ਬੱਕਰੇ ਨੇ ਰਿੰਕੀ ਅਤੇ ਇਹ ਐ ਮਿੰਕੀ। ਇਹਨਾਂ ਨੂੰ ਮੈਂ ਅਕਸਰ ਕੋਈ ਨਾ ਕੋਈ ਚੀਜ਼ ਪਾਉਂਦਾ ਰਹਿੰਦਾ, ਇਸ ਵਜ੍ਹਾ ਤੋਂ ਅੱਗੇ ਆਉਂਦੇ ਰਹਿੰਦੇ ਨੇ। ਬਾਕੀ ਇਹ ਦੂਏ ਬੱਕਰੇ ਨੇ, ਇਹਨਾਂ ਦਾ ਜਿਵੇਂ ਨਾਮ ਨਹੀਂ ਸੋਚਿਆ ਕੁਛ ਵੀ। ਉਸਕੇ ਬਾਅਦ ਹਮਾਰਾ ਯੇ ਹੈ ਬਬਲੂ। ਬਬਲੂ ਕਾਫੀ ਗੁੱਸੇ ਮੇਂ ਮੁਝੇ ਦੇਖ ਰਹਾ ਹੈ। ਬਬਲੂ ਕਾ ਬੜਾ ਭਾਈ ਗਬਲੂ, ਯੇ ਗਬਲੂ ਇਸ ਟਾਈਮ ਮੁਝੇ ਮੈਂ ਦੇਖ ਰਿਹਾ ਜਿਵੇਂ ਮੇਰੀ ਭੈਣ ਕੱਢ ਲਈ ਹੋਵੇ। ਹੈ ਖੈਰ ਭਰਾਵਾ, ਸਾਨੂੰ ਕੁਛ ਨਾ ਕਹੀਂ, ਇਹਦੇ ਕੋਲ ਤਾਂ ਮੈਂ ਜਾਂਦਾ ਨਹੀਂ। ਰੱਤੂ ਕੋਲ, ਰੱਤੂ ਮੈਨੂੰ ਮਾਰਦਾ ਬੜਾ ਹੈ। ਉਸ ਤੋਂ ਬਾਅਦ ਇੱਧਰ ਉੱਧਰੋਂ ਵੇਖਣ ਵੁਖਣ ਤੋਂ ਬਾਅਦ ਆਪਾਂ ਬਾਹਰ ਵੇਖਿਆ, ਕਤਰੀਨਾ ਕੈਫ ਖੜ੍ਹੀ ਹੋਈ। ਕਤਰੀਨਾ ਕੈਫ ਦੇ ਉੱਤੇ ਭਾਰ ਲੱਦਿਆ ਅਤੇ ਵਿਚਾਰੀ ਧੋਪੇ ਜੀ ਖੜ੍ਹੀ ਹੋਈ ਹੈ ਭਾਈ ਜੀ। ਚੱਲਦੇ ਹਾਂ ਅਗਲੇ ਜਾਨਵਰਾਂ ਪਾਸੇ, ਉਹ ਵੇਖਦੇ ਹਾਂ ਕੀ ਹਿਸਾਬ ਕਿਤਾਬ ਹੈ ਇਹਨਾਂ ਦਾ। ਅਤੇ ਅਗਲੇ ਜਾਨਵਰਾਂ ਦੇ, ਇਹਨਾਂ ਨੇ ਵੀ ਆਪਣੇ ਪੱਠੇ ਪੁੱਠੇ ਮੁਕਾਏ ਹੋਏ ਨੇ ਭਾਈ ਜੀ। ਠੀਕ ਹੈ, ਪੱਠੇ ਪੁੱਠੇ ਮੁਕਾਉਣ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ। ਨਿੱਕਾ ਕਰੰਡਾ ਬਣਿਆ ਹੋਇਆ, ਪੱਠੇ ਇਹਨਾਂ ਅੱਗੇ ਵੀ ਕੋਈ ਨਹੀਂ ਪਏ, ਵੀ ਜਨਾਬ ਧੁੱਪ ਤੋਂ ਝੁਲਸ ਰਹੇ ਨੇ। ਬਾਕੀ ਅੱਧੇ ਤਾਂ ਅੰਦਰ ਹੋ ਗਏ ਨੇ, ਅੱਧੇ ਬਾਹਰ ਹੀ ਸਨ। ਆਹ ਬੱਕਰੀਆਂ ਸਨ, ਧੁੱਪ ਧੁੱਪ ਸੇਕ ਰਹੀਆਂ ਨੇ। ਆਪਾਂ ਘੋੜੀਆਂ ਨੂੰ ਵਿਜ਼ਿਟ ਕਰਕੇ ਅਤੇ ਫਿਰ ਚੱਲਣੇ ਅੰਦਰ ਵਾਲੇ ਪਾਸੇ। ਇਹ ਘੋੜੀਆਂ ਨੇ ਜੀ, ਉਹ ਜਿਹੜੀ ਹੈ ਉਹ ਹੈ ਜੀ ਸੁਰਖ ਰੰਗ ਦੀ, ਆ ਉਹਦੀ ਧੀ ਹੈ ਕਾਲੋ, ਕਾਲੋ ਦਾ ਨਾਲ ਹੈ ਬਲੈਕੀ। ਕਾਲੋ ਅਤੇ ਬਲੈਕੀ ਇਹ ਦੋਵੇਂ ਮਾਵਾਂ ਧੀਆਂ ਨੇ, ਅਤੇ ਉਹ ਸੂਈ ਜਿਹੜੀ ਹੈ ਉਹ ਇਹਨਾਂ ਦੀ ਮਾਂ ਹੈ। ਉਸ ਤੋਂ ਬਾਅਦ ਭਾਈ ਜੀ ਪਿੱਛੇ ਚਲੇ ਜਾਂਦੇ ਹਾਂ, ਇੱਧਰ ਉੱਧਰ ਤੱਕਦੇ ਹਾਂ ਕਿ ਕੀ ਹਿਸਾਬ ਕਿਤਾਬ ਹੈ। ਸਾਡੇ ਘਰਾਂ ਦਾ ਕੋਈ ਕੰਮ ਕੁੰਮ ਤਾਂ ਨਹੀਂ, ਫਿਰ ਹਲਸਾਂ ਤਾਂ ਕੁਛ ਨਹੀਂ ਦਿਸਿਆ। ਅਸੀਂ ਫਿਰ ਅੰਦਰਲੇ ਪਾਸੇ ਟੁਰ ਪੈਂਦੇ ਹਾਂ ਭਾਈ ਜੀ। ਜਦੋਂ ਅੰਦਰਲੇ ਪਾਸੇ ਟੁਰਨੇ ਹਾਂ, ਵੇਖਦੇ ਹਾਂ ਅਸੀਂ ਕੀ ਕਰੀਏ ਕੀ ਕਰੀਏ ਕੀ ਕਰੀਏ। ਵੇਖਦੇ ਵੇਖਦੇ ਸਾਨੂੰ ਇੱਕ ਉਸਤਾਦ ਜੀ ਲੱਭ ਜਾਂਦੇ ਨੇ, ਇਹ ਸਾਡੇ ਉਸਤਾਦ ਦੇ ਮੋਹਤਰਮ ਹੁੰਦੇ ਸੀਗੇ। ਇਹਨਾਂ ਨੇ ਗੱਲਬਾਤ ਕੀਤੀ, ਮਿਲੇ ਛਿਲੇ, ਫਿਰ ਵਾਪਸ ਆਇਆ ਅਤੇ ਮੈਨੂੰ ਨੌਕਰ ਟੱਕਰ ਗਿਆ। ਨੌਕਰ ਮੈਂ ਆਵਾਜ਼ ਦਿੱਤੀ ਤਾਂ ਕਹਿੰਦਾ ਚੌਧਰੀ 2 ਮਿੰਟ ਮੈਂ ਅੰਦਰੋਂ ਹੋ ਕੇ ਆਇਆ। ਜਦੋਂ ਅੰਦਰੋਂ ਹੋ ਕੇ ਆਇਆ ਤਾਂ ਮੈਂ ਉਹਦੇ ਕੋਲ ਪੁੱਛਿਆ, ਸੁਣਾ ਪੱਠੇ ਪੁੱਠੇ ਮਾਲ ਨੇ। ਕਹਿੰਦਾ ਹੈ ਤੁਸੀਂ ਹੁਣ ਉੱਠ ਕੇ ਪੱਠਿਆਂ ਤੋਂ ਪੁੱਛ ਰਹੇ ਹੋ, ਮਾਲ ਤਾਂ ਕਦੋਂ ਦਾ ਸੀ, ਖਵਾ ਪਿਆ ਕੇ ਅੰਦਰ ਹੀ ਬਣਾ ਦਿੱਤਾ, ਉਹ ਤਾਂ ਰੈਸਟ ਕਰ ਰਹੇ ਨੇ। ਫਿਰ ਅਸੀਂ ਚੱਲਦੇ ਹਾਂ ਅੰਦਰ, ਵੇਖਦੇ ਹਾਂ ਜਿਹੜਾ ਮਾਲ ਨੇ ਅੰਦਰ ਬੰਨਿਆ ਉਹਦਾ ਕੀ ਹਿਸਾਬ ਕਿਤਾਬ ਕੀਤਾ ਕੀ ਨਹੀਂ ਸੂ ਕੀਤਾ। ਸਾਰਿਆਂ ਤੋਂ ਪਹਿਲੇ ਤਾਂ ਅਸੀਂ ਜਨਾਬ ਪੱਠੇ ਵੇਖਦੇ ਹਾਂ, ਕੁਤਰੇ ਕਿ ਨਹੀਂ ਕੁਤਰੇ ਪੱਠੇ, ਤਾਂ ਉਹਨਾਂ ਨੇ 1% ਵੀ ਨਹੀਂ ਕੁਤਰੇ ਭਾਈ ਜੀ।
ਉਸ ਤੋਂ ਬਾਅਦ ਦਾਣੇ ਦੀ ਟਰਾਲੀ ਵੀ ਬਾਹਰ ਧੁੱਪੇ ਖੜੀ ਕੀਤੀ ਸੀ, ਦਾਣੇ ਘਰ ਲੈ ਕੇ ਆਇਆ, ਕਣਕ ਵੱਢੀ ਸੀ। ਉਸ ਤੋਂ ਬਾਅਦ ਮੈਂ ਕੁੱਤੀ ਨਿਗਾਹ ਮਾਰੀ, ਕੁੱਤੀ ਵੀ ਮੇਰੀ ਮੈਨੂੰ ਕੋਈ ਨਹੀਂ ਨਜ਼ਰ ਆਈ ਪਈ। ਮੈਂ ਚਿੱਟੀ ਕੁੱਤੀ ਰੱਖੀ ਹੈ ਜਿਹਦਾ ਨਾਮ ਲੂਚੀ ਹੈ। ਉਸ ਤੋਂ ਬਾਅਦ ਅਸੀਂ ਜਨਾਬ ਜਾਂਦੇ ਹਾਂ ਮਾਲ ਵੇਖਣ ਵਾਸਤੇ, ਮਾਲ ਮੂਲ ਵੇਖ ਕੇ ਅਤੇ ਫਿਰ ਜਨਾਬ ਅਸੀਂ ਵੇਖਿਆ ਅਤੇ ਮਾਲ ਵੀ ਧੁੱਪੇ 'ਚ ਖੜ੍ਹਾ, ਧੁੱਪ ਸੇਕ ਰਿਹਾ ਸੀ, ਕਿਉਂਕਿ ਰਾਤੀ ਠੰਡ ਬਹੁਤ ਜ਼ਿਆਦਾ ਸੀ, ਅਤੇ ਮਾਲ ਕੁੰਡਲ ਹੋ ਜਾਂਦਾ ਹੈ। ਉਸ ਤੋਂ ਬਾਅਦ ਜਨਾਬ ਕੂਕ ਕਰੰਟ ਨਿਗਾਹ ਮਾਰੀ ਹੈ ਵੀ ਧੁੱਪ ਧੁੱਪ ਨੂੰ ਸਕੂਨ ਨਾਲ ਸੇਕਣ ਡਿਆ ਸੀ, ਅਸੀਂ ਚੱਲੇ ਆਪਣੇ ਅੰਦਰ ਵਾਲੇ ਪਾਸੇ। ਅੰਦਰ ਜਾ ਕੇ ਭਾਈ ਜੀ ਅਸੀਂ ਸਾਰਿਆਂ ਤੋਂ ਪਹਿਲੇ ਵੇਖਿਆ, ਇੱਧਰ ਉੱਧਰ ਨਿਗਾਹ ਮਾਰੀ, ਚੂਚੇ ਛੂਚੇ ਸਹੀ ਨੇ। ਉਸ ਤੋਂ ਬਾਅਦ ਅਸੀਂ ਵੇਖਿਆ ਕੁੱਤੇ ਨੂੰ, ਕੁੱਤਾ ਜਨਾਬ ਰੈਸਟ ਕਰ ਰਿਹਾ ਸੀ ਪੂਰੇ ਭਾਰ ਨਾਲ। 10 ਵੱਜ ਗਏ ਅਤੇ 1:30 ਵਜੇ ਦਾ ਟਾਈਮ ਸੀ। ਉਸ ਤੋਂ ਬਾਅਦ ਘਰ ਆਇਆ, ਮੇਰੇ ਦਿਲ ਵਿੱਚ ਕੋਈ ਕੰਮ ਨਹੀਂ ਸੀ ਆ ਰਿਹਾ। ਫਿਰ ਮੈਂ ਸੋਚਿਆ ਕਿ ਚਲੋ ਜਾ ਕੇ ਬੱਚਿਆਂ ਨੂੰ ਛੇੜਨੇ ਆ। ਜਦੋਂ ਮੈਂ ਗਿਆ ਅਤੇ ਅੰਦਰ ਜਨਾਬ ਸਾਡਾ ਚੌਧਰੀ ਮਾਮਾ ਦਾਹਦ ਦਾ ਨਾਮ ਹੈ, ਮੈਂ ਪਿਆਰ ਨਾਲ ਉਹਨੂੰ ਚੌਧਰੀ ਕਹਿੰਦਾ ਵਾਂ, ਚੌਧਰੀ ਸਾਹਿਬ ਜਿਹੜੇ ਨੇ ਉਹ ਪਤਾ ਨਹੀਂ ਕਿੱਥੇ ਨੇ, ਮੈਂ ਚੌਧਰੀ ਨੂੰ ਆਵਾਜ਼ ਦਿੱਤੀ ਅਤੇ ਮੈਨੂੰ ਪਤਾ ਲੱਗਾ ਜੀ ਕਿ ਚੌਧਰੀ ਸਾਹਿਬ ਸੁੱਤੇ ਪਏ ਨੇ। ਉਸ ਤੋਂ ਬਾਅਦ ਆ ਜਾਂਦੀ ਗੱਲ ਮੁਹੰਮਦ ਰਸ਼ਮਾਨ ਦੀ, ਅਤੇ ਇਹ ਬੜਾ ਗੰਦਾ ਬੰਦਾ, ਇਹਨੂੰ ਮੈਂ 10 ਮਿੰਟ ਟਿਕਾਇਆ। ਕੁਛ ਦੇਰ ਟਿਕਾਉਣ ਤੋਂ ਬਾਅਦ ਇਹਨੂੰ ਜਨਾਬ ਰਿਵਾਜ਼ ਛਵਾ ਕੇ ਮੈਂ ਨਿਕਲ ਗਿਆ ਬਾਹਰ। ਅਤੇ ਹੁਣ ਜਨਾਬ ਸੂਰਜ ਦੀ ਤਪਸ਼ ਪੀਣੇ ਅਤੇ ਮਿਲਣੇ ਆ ਆਪਾਂ ਥੋੜ੍ਹੀ ਦੇਰ ਬਾਅਦ। ਥੋੜ੍ਹੀ ਦੇਰ ਬਾਅਦ ਮਿਲਿਆ ਅਤੇ ਜਨਾਬ ਇਸ ਟਾਈਮ ਜੋ ਜਿਹੜਾ ਹੈ ਪੂਰੇ ਭਾਰ ਨਾਲ ਗਰਮੀ ਹੋਈ ਹੋਈ ਹੈ, ਅਤੇ ਟਾਈਮ ਵੇਖਦੇ ਹਾਂ ਟਾਈਮ ਕੀ ਹੋਇਆ। ਇਸ ਟਾਈਮ ਹੋ ਗਿਆ 12:14 ਦਾ। ਉਸ ਤੋਂ ਬਾਅਦ 12:14 ਤੁਸੀਂ ਇੱਧਰ ਉੱਧਰ ਵੇਖਿਆ ਜਨਾਬ, ਕੋਈ ਸ਼ਾਇਦ ਵੀ ਸਾਨੂੰ ਨਜ਼ਰ ਨਹੀਂ ਆਈ। ਅਤੇ ਫਿਰ ਵੇਖਿਆ ਅਤੇ ਘਰ ਦੇ ਸਾਰੇ ਰੋਟੀ ਪਕਾ ਰਹੇ ਸਨ। ਰੋਟੀ ਦੇ ਵਿੱਚ ਭਾਜੀ ਸਾਡਾ ਦੇਸੀ ਮਾਹੌਲ ਹੀ ਹੈ ਰੋਂਦੇ ਵਿੱਚ। ਜਨਾਬ ਮੈਂ ਤੁਹਾਨੂੰ ਦੱਸਣਾ ਰੋਟੀ ਕਿਵੇਂ ਪਕਾਈ ਦੀ ਹੈ। ਜਨਾਬ ਰੋਟੀ ਪਕਾ ਰਹੇ ਨੇ, ਰੋਟੀ ਛੋਟੀ ਪਕਾ ਕੇ ਤਵੀ ਛਵੀ ਦੇ ਵਿੱਚ ਹੈ। ਰੋਟੀ ਦਾ ਆਪਣਾ ਹੀ ਮਜ਼ਾ ਜਿਹੜਾ ਤਵੀ ਵਾਲੀ ਰੋਟੀ ਦਾ ਹੁੰਦਾ ਹੈ। ਉਸ ਤੋਂ ਬਾਅਦ ਜਨਾਬ ਇਹ ਹੈ ਮੇਰੇ ਕਜ਼ਨ ਦਾ ਪੁੱਤਰ ਜਵਾਨ, ਇਹਨੂੰ ਅਸੀਂ ਕੁਛ ਨਹੀਂ ਕਿਹਾ। ਫਿਰ ਮੁਹੰਮਦ ਰਸ਼ਮਾਨ ਇਹ ਵੀਡੀਓ ਬਣਾਉਣ ਵਾਸਤੇ ਬੜਾ ਅੱਛਾ, ਇਹ ਮੁਹੰਮਦ ਆ ਅਤੇ ਮੇਰਾ ਚੌਧਰੀ ਮੁੰਡਾ, ਚੌਧਰੀ ਪੁੱਤਰ ਹੈ ਸਾਡਾ ਹੈ। ਇਸ ਤੋਂ ਬਾਅਦ ਆਪਾਂ, ਮੈਂ ਕਿਹਾ ਜੀ ਹੁਣ ਕੀ ਕਰੀਏ। ਫਿਰ ਮੈਂ ਕਿਹਾ ਜੀ ਇੱਕ ਵਾਰੀ ਬਾਹਰ ਜਾਈਏ, ਜਾ ਕੇ ਰਾਉਂਡ ਸ਼ਾਉਂਡ ਲਾ ਕੇ ਆਈਏ। ਵੇਖਿਆ ਤਾਂ 12:00 ਵੀ ਚੌਧਰੀ ਸਾਹਿਬ ਸੁੱਤੇ ਪਏ ਨੇ, ਮੇਰੇ ਕੁੱਤੇ ਉਹ ਵੀ ਉੱਥੇ ਹੀ ਬੈਠੇ ਨੇ। ਖੈਰ ਬਾਹਰ ਗਿਆ, ਫੇਰਾ ਸ਼ੇਰਾ ਲਾਇਆ, ਇਹ ਨਿੰਮ ਅਸੀਂ ਚੱਕ ਕੇ ਜਿਹੜੀ ਆ ਪੜੋਲਿਆਂ 'ਚ ਪਾਵਾਂਗੇ ਦਾਣਿਆਂ ਨੂੰ, ਫਿਰ ਉਹਦੀ ਕੋਈ ਸੀਖ ਨਹੀਂ ਲੱਗਦੀ। ਤੁਸੀਂ ਪਤਾ ਨਹੀਂ ਕੀ ਉਹਨੂੰ ਕਹਿੰਦੇ ਹੋ, ਅਸੀਂ ਤਾਂ ਉਹਨੂੰ ਕੁੰਡੀ ਕਹਿੰਦੇ ਹਾਂ। ਉਸ ਤੋਂ ਬਾਅਦ ਜਨਾਬ ਮੈਂ ਵਾਪਸ ਆ ਗਿਆ, ਫੇਰਾ ਸ਼ੇਰਾ ਲਾ ਕੇ, ਇਹ ਸਾਡਾ ਪੁਰਾਣਾ ਘਰ ਹੈ। ਅਤੇ ਇੱਥੋਂ ਹੁੰਦਿਆਂ ਹੁੰਦਿਆਂ ਜਨਾਬ ਮੈਂ ਪਹੁੰਚਿਆ, ਮੈਂ ਕਿਹਾ ਜਾ ਕੇ ਟੂਵਲ 'ਤੇ ਵੇਖਦੇ ਹਾਂ ਕੀ ਹਿਸਾਬ ਕਿਤਾਬ ਹੈ। ਟੂਵਲ 'ਤੇ ਗਏ ਜਾਣ ਵਾਸਤੇ ਸਾਨੂੰ ਇਹ ਰਸਤਾ ਇਖਤਿਆਰ ਕਰਨਾ ਪੈਂਦਾ। ਫਿਰ ਅਸੀਂ ਜਨਾਬ ਟੂਵਲ 'ਤੇ ਗਏ ਹਾਂ, ਦਰਵਾਜ਼ਾ ਖੋਲ੍ਹਿਆ ਅਤੇ ਮੈਂ ਕਿਹਾ ਸਵਿਮਿੰਗ ਪੂਲ ਹੀ ਨਹਾਈਏ। ਸਾਡੇ ਜਨਾਬ ਜੱਟਾਂ ਜ਼ਿਮੀਂਦਾਰਾਂ ਦਾ ਸਵਿਮਿੰਗ ਪੂਲ ਹੈ, ਅਸੀਂ ਆਪਣਾ ਹੀ ਬਣਾਇਆ ਆਪਣੇ ਨਾਨਕਣੋਂ। ਸਾਡੇ ਇੱਥੇ ਫਿਰ ਮਾਹੌਲ ਹੈ, 4 ਦੀਵਾਰੀ ਹੈ, ਫਿਰ ਬਾਹਰ ਦਾ ਕੋਈ ਬੰਦਾ ਨਹੀਂ ਨਹਾਉਣ ਆਉਂਦਾ। ਫਿਰ ਮੈਂ ਇੱਥੋਂ ਵੇਖਿਆ ਬੰਦ ਸੀਗਾ, ਕਾਫੀ ਗੰਦਾ ਹੋਇਆ ਸੀ ਕਿਉਂਕਿ 2-3 ਤੋਂ ਚੱਲਿਆ ਨਹੀਂ, ਏਰੀਆ ਨੂੰ ਗਿਆ ਸੀ। ਫਿਰ ਕਬੂਤਰਾਂ ਸ਼ਬੂਤਰਾਂ ਨਿਗਾਹ ਮਾਰਨ ਤੋਂ ਬਾਅਦ ਭਾਈ ਜੀ ਕਬੂਤਰ ਠੀਕ ਠਾਕ ਨੇ, ਪਾਣੀ ਦਾਣਾ ਹਰ ਚੀਜ਼ ਪੂਰੀ ਸੀ ਇਹਨਾਂ ਦੀ। ਫਿਰ ਅਸੀਂ ਵਾਪਸ ਮੁੜੇ ਹਾਂ, ਵਾਪਸ ਮੁੜਨ ਤੋਂ ਬਾਅਦ ਭਾਈ ਜੀ ਮੈਂ ਆਇਆ ਡੇਰੇ ਵਾਲੇ ਪਾਸੇ। ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਆਪਣੇ ਜਨਾਬ ਦੋਸਤ ਯਾਰ ਬੇਲੀ ਬਾਹਰ ਦੇ ਰੈਲੇਟਿਵ ਜਿਹੜੇ ਦੂਰ ਦੇ ਰਿਸ਼ਤੇਦਾਰ ਨੇ ਜਾਂ ਦੋਸਤ ਆਉਂਦੇ ਨੇ ਸਾਡੇ, ਉਹ ਸਟੇ ਕਰਨਾ ਚਾਹੁੰਦੇ ਸੀ ਟ੍ਰੇਨ ਨੇ। ਉਸ ਤੋਂ ਬਾਅਦ ਅਸੀਂ ਆਪਣੇ ਘਰ ਆ ਜਾਂਦੇ ਹਾਂ ਵਾਪਸ। ਘਰ ਆਉਣ ਤੋਂ ਬਾਅਦ ਮੈਂ ਕਹਿੰਦਾ ਮੈਂ ਕੀ ਕਰਾਂ, ਫਿਰ ਮੈਂ ਸੋਚਦਾ ਚਲੋ ਯਾਰ ਆਪਣੇ ਕਮਰੇ 'ਚ ਜਾ ਕੇ ਰੈਸਟ ਹੀ ਕਰੀਏ। ਫਿਰ ਮੈਂ ਉੱਤੇ ਚਲਾ ਜਾਂਦਾ ਵਾਂ, ਮੈਂ ਆ ਕੇ ਮੋਬਾਈਲ ਮੋਬੂਲ ਚਾਰੇ ਲਾਉਣੇ ਸੀ। ਉੱਤੇ ਦਾ ਨਰਾਦਾ ਤੁਸੀਂ ਪਹਿਲੇ ਵੇਖ ਹੀ ਲਿਆ ਵਾ, ਇਸ ਟਾਈਮ ਪੂਰੀ ਗਰਮੀ ਹੈ, ਮੇਰਾ ਕਮਰਾ ਹੈ ਅਤੇ ਮੈਂ ਆਪਣੇ ਕਮਰੇ 'ਚ ਜਾਂਦਾ ਵਾਂ। ਕਮਰੇ ਜਾਣ ਤੋਂ ਬਾਅਦ ਇੱਧਰ ਉੱਧਰ ਦਾ ਮਾਹੌਲ ਭਾਈ ਵੇਖਣ ਤੋਂ ਬਾਅਦ ਤੁਹਾਡਾ ਅੱਲਾ ਭਲਾ ਕਰੇ, ਮੈਂ ਆ ਕੇ ਦਰਵਾਜ਼ਾ ਖੋਲ੍ਹਿਆ, ਅੰਦਰ ਆਇਆ। ਫਿਰ ਆਪਾਂ ਕੁੰਡੀ ਲਾਈ, ਕੁੰਡੀ ਲਾਉਣ ਤੋਂ ਬਾਅਦ ਆਪਾਂ ਛਿਗਿਆ ਬਿਸਤਰਾ ਅਤੇ ਆਪਾਂ ਕਿਹਾ ਜੀ